सामने देखिए इधर बेटा, सामने देखो सामने सर, छील दे अंतर सामने सामने ਨੈਸ਼ਨਲ ਲੈਵਲ ਤੇ ਉਥੋਂ ਇਹਨਾਂ ਨੂੰ ਜਿਹੜੇ ਮੈਡਲ ਮਿਲੇ ਨੇ। ਸੋ ਅੱਜ ਬੱਚੇ ਆਏ ਨੇ, ਮੈਂ ਵੀ ਇਹਨਾਂ ਦੇ ਹਰ ਫੰਕਸ਼ਨ ਤੇ ਜਾਣਾ। ਸੋ ਮੈਨੂੰ ਖੁਸ਼ੀ ਹੁੰਦੀ ਹੈ ਜਿਹੜੇ ਸਾਡੇ ਛੋਟੇ ਬੱਚੇ ਜਿਨ੍ਹਾਂ ਦਾ ਇੰਟਰਸਟ ਆ ਗੇਮਾਂ ਪ੍ਰਤੀ। ਸੋ ਕੁਆਲਿਟੀ ਐਜੂਕੇਸ਼ਨ ਦੇ ਨਾਲ ਨਾਲ ਮੈਂ ਸਮਝਣਾ ਗੇਮਾਂ ਦਾ ਵੀ ਹੋਣਾ ਬੱਚਿਆਂ ਲਈ ਬੜਾ ਜ਼ਰੂਰੀ ਹੈ। ਸੋ ਇਹ ਬੱਚਿਆਂ 'ਚ ਬੜਾ ਉਤਸ਼ਾਹ ਆ ਗੇਮਾਂ ਪ੍ਰਤੀ, ਛੋਟੇ ਬੱਚੇ ਨੇ। ਸੋ ਅੱਗੇ ਆਣ ਕੇ ਮੈਂ ਸਮਝਦਾ ਹੁਣ ਨੈਸ਼ਨਲ ਲੈਵਲ 'ਤੇ ਖੇਡ ਕੇ ਆਏ, ਇੰਟਰਨੈਸ਼ਨਲ ਲੈਵਲ 'ਤੇ ਵੀ ਖੇਡ ਕੇ ਆਉਣਗੇ। ਸੋ ਮੈਂ ਇਹਨਾਂ ਬੱਚਿਆਂ ਨੂੰ, ਇਹਨਾਂ ਦੇ ਜਿਹੜੇ ਕੋਚ ਨੇ, ਸਾਰਿਆਂ ਨੂੰ ਮੁਬਾਰਕਬਾਦ ਦਿੰਦਾ। ਇਹ 18ਵੀਂ ਨੈਸ਼ਨਲ ਕੁੰਫੂ ਵੁਸ਼ੂ ਚੈਂਪੀਅਨਸ਼ਿਪ ਹੋਈ ਹੈ ਤਰਨ ਤਾਰਨ ਯੂਥ ਹੋਸਟਲ 'ਚ 28 ਤੋਂ 30 ਜਨਵਰੀ 'ਚ। ਉਹਦੇ ਵਿੱਚ ਪੂਰੇ ਭਾਰਤ ਤੋਂ 18 ਸਟੇਟਾਂ ਨੇ ਜਿਹੜਾ ਉਹ 'ਚ ਪਾਰਟੀਸਪੇਟ ਕੀਤਾ, ਜਿਹਦੇ ਵਿੱਚ ਪੰਜਾਬ ਦੇ 6 ਗੋਲਡ, 2 ਸਿਲਵਰ ਅਤੇ 1 ਬ੍ਰੌਂਸ ਮੈਡਲ ਆਇਆ। ਜਸ਼ਨਦੀਪ ਕੌਰ ਦਾ ਗੋਲਡ ਮੈਡਲ ਹੈ, ਬਾਕੀ ਸਾਡੇ ਰਿਦਮ ਦਾ ਗੋਲਡ ਮੈਡਲ ਆ, ਹਰਸਰਗੁਣ ਦਾ ਹੈ, ਰਾਜੇ ਦਾ ਹੈ, ਫਤਿਹ ਸਿੰਘ ਦੇਵ ਸਿੰਘ ਦਾ ਹੈ, ਅਤੇ ਹੋਰ ਵੀ ਸਾਡੇ ਬੱਚੇ ਜਿਹੜੇ 2 ਸਿਲਵਰ ਅਤੇ 1 ਬ੍ਰੌਂਸ ਮੈਡਲ ਆਏ ਆ ਜੀ। ਔਰ ਸੋਨੀ ਸਾਹਿਬ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਹਰ ਵਾਰੀ ਸਾਡੇ ਵਾਸਤੇ ਸਮਾਂ ਕੱਢਦੇ ਆ ਅਤੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਆ, ਅਤੇ ਮਾਲੀ ਮਦਦ ਵੀ ਜਿਸ ਤਰ੍ਹਾਂ ਵੀ ਪੈਸਿਆਂ ਵੱਲੋਂ ਵੀ ਰਿਦਮ ਆ ਹੁਣ ਸਾਡਾ, ਬੰਗਲਾਦੇਸ਼ ਖੇਡਣ ਗਿਆ ਸੀ, ਉਹਦੀ ਸਾਰੀ ਟਿਕਟ ਦਾ ਸਾਰਾ ਕੁਛ ਉਹਨਾਂ ਨੇ ਖਰਚਾ ਕੀਤਾ, ਫਿਰ ਵੀ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਅਤੇ ਚੈਨਲ ਵਾਲਿਆਂ ਦਾ ਵੀ ਧੰਨਵਾਦ ਕਰਦਾ ਜਿਹੜੀ ਸਾਡੀ ਇਹ ਜਿਹੜੀ ਆ ਗੱਲ ਜਿਹੜੀ ਸਾਡੀ ਅਫਸਰਾਂ ਤੱਕ ਪਹੁੰਚਾਉਂਦੇ ਆ, ਅਤੇ ਸਾਰਿਆਂ ਦਾ ਧੰਨਵਾਦ ਜੀ।